धन धन सतगुरु तेरा ही आसरा प्रेमी हरी सिंह इंसा 85 मैंबर राजस्थान पुत्र सचखंड वासी गुरदयाल सिंह पिंड टिब्बी जिला हनुमानगढ़ राजस्थान तो अपने सतगुरु रहवर पूज्य हजूर पिता संत डॉक्टर गुरमीत राम रहीम सिंह जी इंसा दी अपने ते होई रहमत दा वर्णन करता है। मार्च 1994 की घटना है। मैं अपनी जगह च मकान बनाना सी। इट्टां लियाउण दे लई मैं दो ट्रैक्टर लगा दिते। उस रात जदों मैं गहरी नींद विच सुत्ता होया सी तां सुपने विच मैं देखिया कि असी दोनों ट्रैक्टरां ते इट्टां लिया रहे हाँ। साडी ढाणी वाला रस्ता कच्चा सी। एक ट्रैक्टर तां सीधा निकल गया अते दूजा रेत विच फस गया। ड्राइवर दे कहन ते असी ट्रैक्टर अगले दोने पासे दो दो आदमी चढ़ गए। ट्रैक्टर उच्चा उठिया परंतु दोबारा फिर फस गया। असी दोबारा फिर ट्रैक्टर ते तीन आदमी एक पासे अते मैं इकला दूजे पासे चढ़ गया। ट्रैक्टर फिर उच्चा उठिया अते मेरा सज्जा पैर गुटके लगाउण वाली जगह विच फस गया ਅਤੇ ਬੁਰੀ ਤਰ੍ਹਾਂ ਨਾਲ ਮਿੱਧਿਆ ਗਿਆ। ਟਰੈਕਟਰ ਜਦੋਂ ਥੱਲੇ ਡਿੱਗਿਆ ਤਾਂ ਮੇਰੀ ਖੱਬੀ ਲੱਤ ਟਰੈਕਟਰ ਦੇ ਥੱਲੇ ਆਉਣ ਨਾਲ ਟੁੱਟ ਗਈ। ਮੈਨੂੰ ਤੁਰੰਤ ਚੁੱਕ ਕੇ ਹਸਪਤਾਲ ਲੈ ਗਏ। ਉੱਥੇ ਡਾਕਟਰ ਸਾਹਿਬ ਨੇ ਸ਼ੁਰੂਆਤੀ ਇਲਾਜ ਦੇ ਬਾਅਦ ਮੇਰਾ ਸੱਜਾ ਪੈਰ ਕੱਟ ਦਿੱਤਾ। ਉਸ ਸਮਾਂ ਮੈਂ ਹਸਪਤਾਲ ਵਿੱਚ ਬੈੱਡ 'ਤੇ ਪਿਆ ਸੋਚ ਰਿਹਾ ਸੀ ਕਿ ਕੁੱਲ ਮਾਲਕ ਹਜ਼ੂਰ ਪਿਤਾ ਜੀ ਸਭ ਦੇ ਕਸ਼ਟ ਕੱਟਦੇ ਹਨ। ਜੇਕਰ ਮੇਰਾ ਵੀ ਕਰਮ ਕੱਟ ਦਿੰਦੇ ਤਾਂ ਚੰਗਾ ਹੁੰਦਾ। ਪਰੰਤੂ ਫਿਰ ਖਿਆਲ ਆਇਆ ਕਿ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੁੰਦਾ ਹੈ। ਉਸੇ ਸਮਾਂ ਮੇਰੀ ਪਤਨੀ ਨੇ ਆਵਾਜ਼ ਦਿੱਤੀ ਕਿ ਉੱਠ ਕੇ ਚਾਹ ਪੀ ਲਓ। ਮੈਂ ਪੀਂਦਾ ਹਾਂ ਕਹਿ ਕੇ ਫਿਰ ਸੌਂ ਗਿਆ। ਸੌਣ ਦੇ ਤੁਰੰਤ ਬਾਅਦ ਉਸੇ ਤਰ੍ਹਾਂ ਸੁਪਨਾ ਦੁਬਾਰਾ ਚੱਲਣ ਲੱਗਿਆ। ਹੁਣ ਮੈਨੂੰ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਨੇ ਦਰਸ਼ਨ ਦਿੱਤੇ। ਮੈਨੂੰ ਆਸ਼ੀਰਵਾਦ ਦਿੰਦਿਆਂ ਹੋਇਆਂ ਹਜ਼ੂਰ ਪਿਤਾ ਜੀ ਨੇ ਫਰਮਾਇਆ, ਬੇਟਾ ਘਬਰਾ ਨਾ, ਇਹ ਤੇਰਾ ਹੀ ਕਰਮ ਕੱਟ ਰਹੇ ਹਾਂ। ਹਜ਼ੂਰ ਪਿਤਾ ਜੀ ਮੈਨੂੰ ਹੌਸਲਾ ਦਿੰਦਿਆਂ ਹੋਇਆਂ ਅਲੋਪ ਹੋ ਗਏ। ਪਿਤਾ ਜੀ ਦੇ ਦਰਸ਼ਨ ਕਰਕੇ ਮੈਨੂੰ ਜੋ ਖੁਸ਼ੀ ਮਿਲੀ ਉਸ ਦੀ ਕੋਈ ਸੀਮਾ ਰੇਖਾ ਨਹੀਂ ਹੈ। ਉਸੇ ਸਮਾਂ ਮੇਰੀ ਪਤਨੀ ਨੇ ਦੁਬਾਰਾ ਫਿਰ ਪੂਰੀ ਉੱਚੀ ਆਵਾਜ਼ ਵਿੱਚ ਕਿਹਾ ਕਿ ਉੱਠ ਕੇ ਚਾਹ ਪੀ ਲਓ। ਮੈਂ ਨਾਰਾ ਲਾ ਕੇ ਆਪਣੀ ਲੱਤ ਨੂੰ ਪਕੜ ਕੇ ਵੇਖਿਆ ਅਤੇ ਖੜ੍ਹਾ ਹੋਣ ਲੱਗਿਆ ਤਾਂ ਮੇਰਾ ਪੈਰ ਸਹੀ ਸਲਾਮਤ ਸੀ। ਮੈਂ ਸਤਿਗੁਰ ਦਾ ਸ਼ੁਕਰਾਨਾ ਕੀਤਾ ਕਿ ਸਭ ਠੀਕ ਠਾਕ ਹੈ। ਮੈਂ ਚਾਹ ਪੀ ਕੇ ਟਰੈਕਟਰ ਵਾਲਿਆਂ ਨਾਲ ਇੱਟਾਂ ਲਿਆਉਣ ਲਈ ਚੱਲਿਆ ਗਿਆ। ਮੈਂ ਸੁਪਨੇ ਵਾਲੀ ਗੱਲ ਭੁੱਲ ਗਿਆ। ਵਾਪਸ ਆਉਣ ਸਮਾਂ ਉਸੇ ਸੁਪਨੇ ਦੀ ਤਰ੍ਹਾਂ ਇੱਕ ਟਰੈਕਟਰ ਤਾਂ ਨਿਕਲ ਗਿਆ ਪਰੰਤੂ ਦੂਸਰਾ ਟਰੈਕਟਰ ਰੇਤ ਦੇ ਵਿੱਚ ਫਸ ਗਿਆ। ਉਸੇ ਤਰ੍ਹਾਂ ਅਸੀਂ ਇੱਕ ਵਾਰ ਤਾਂ ਟਰੈਕਟਰ ਦੇ ਦੋਨੇ ਪਾਸੇ ਦੋ ਦੋ ਆਦਮੀ ਚੜ੍ਹੇ ਅਤੇ ਦੂਜੀ ਵਾਰ ਉਸੇ ਤਰ੍ਹਾਂ ਸੁਪਨੇ ਦੀ ਤਰ੍ਹਾਂ ਇੱਕ ਪਾਸੇ ਮੈਂ ਇਕੱਲਾ ਅਤੇ ਦੂਜੇ ਪਾਸੇ ਤਿੰਨ ਆਦਮੀ ਚੜ੍ਹ ਗਏ। ਟਰੈਕਟਰ ਜਦੋਂ ਉੱਚਾ ਉੱਠਿਆ ਤਾਂ ਮੇਰੇ ਪੈਰ 'ਤੇ ਇੱਕ ਲੋਹੇ ਦੀ ਪੱਤੀ ਲੱਗ ਗਈ, ਜਿਸ ਨਾਲ ਕਿ ਇੱਕ ਮਾਮੂਲੀ ਜਿਹੀ ਸੱਟ ਲੱਗੀ, ਜਿਸ 'ਤੇ ਪੱਟੀ ਬੰਨ੍ਹਣ ਦੀ ਵੀ ਜ਼ਰੂਰਤ ਨਹੀਂ ਪਈ। ਉਸੇ ਸਮਾਂ ਮੈਨੂੰ ਰਾਤ ਦੇ ਸੁਪਨੇ ਵਾਲਾ ਸਾਰਾ ਸੀਨ ਯਾਦ ਆ ਗਿਆ। ਮੇਰੇ ਪੈਰ ਵਿੱਚ ਖੂਨ ਨਿਕਲਦਾ ਦੇਖ ਕੇ ਮੇਰੀ ਮਾਂ ਨੇ ਕਿਹਾ ਕਿ ਬੇਟਾ ਇਹ ਕੀ ਹੋ ਗਿਆ।
ਜਾ ਕੇ ਛੇਤੀ ਨਾਲ ਡਾਕਟਰ ਤੋਂ ਟੀਕਾ ਲਵਾ ਲੈ। ਮੈਂ ਕਿਹਾ, ਮਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਇਹ ਤਾਂ ਪਤਾ ਨਹੀਂ ਕਿੰਨੇ ਹੀ ਟੀਕੇ ਲੱਗਣੇ ਸਨ, ਕਿੰਨੀਆਂ ਪੱਟੀਆਂ ਹੋਣੀਆਂ ਸਨ, ਇਹ ਸਭ ਮਾਲਕ ਨੇ ਇੱਕ ਮਾਮੂਲੀ ਜਿਹੀ ਝਰੀਟ ਨਾਲ ਹੀ ਕਰਮ ਕਰ ਦਿੱਤਾ ਹੈ। ਮੈਂ ਤੇ ਮੇਰਾ ਪੂਰਾ ਪਰਿਵਾਰ ਕੁੱਲ ਮਾਲਕ ਸਤਿਗੁਰ ਜੂਤ ਪਿਤਾ ਜੀ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਸਾਡੇ ਪਰਿਵਾਰ ਸਹਿਤ ਸਭ ਦੀ ਆਪ ਜੀ ਦੇ ਚਰਨਾਂ ਵਿੱਚ ਔੜ ਨਿਭ ਜਾਵੇ ਜੀ। ਧੰਨ ਧੰਨ ਸਤਿਗੁਰੂ ਤੇਰਾ ਸ਼ੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਸ਼ੀ ਆਸਰਾ।